ਪਾਸੇ ਅਕਾਲੀ ਭਾਜਪਾ ਸਰਕਾਰ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਤੇ ਲੋਕਾਂ ਦੇ ਕੰਮਾਂ ਨੂੰ ਸਮਾਬੱਧ ਨਿਪਟਾਉਣ ਦੀਆਂ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ, ਪਰ ਦੂਜੇ ਪਾਸੇ ਸਬ ਤਹਿਸੀਲ ਟਾਂਡਾ ਦੇ ਮੁਲਾਜ਼ਮਾਂ ਵੱਲੋਂ ਲੋਕਾਂ ਨੂੰ ਛੋਟੇ ਛੋਟੇ ਕੰਮਾਂ ਲਈ ਖੱਜਲ ਖੁਆਰ ਕਰਨ 'ਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਅਜਿਹੀ ਇੱਕ ਮਿਸਾਲ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਬ ਤਹਿਸੀਲ ਟਾਂਡਾ 'ਚ ਦੇਖਣ 'ਚ ਆਈ ਹੈ। ਉਸ ਸਮੇਂ ਹੈਰਾਨੀ ਦੀ ਕੋਈ ਹੱਦ ਨਹੀਂ ਰਹੀ ਜਦੋਂ ਪੱਤਰਕਾਰਾਂ ਵੱਲੋਂ ਸਬ ਤਹਿਸੀਲ ਟਾਂਡਾ ਦਾ ਆਪਣੇ ਕੰਮ ਕਰਾਉਣ ਆਏ ਲੋਕਾਂ ਦੀ ਸ਼ਿਕਾਇਤ 'ਤੇ ਦੌਰਾ ਕੀਤਾ ਗਿਆ ਤਾਂ ਸਾਹਮਣੇ ਆਇਆ ਕਿ ਲੱਖਾਂ ਰੁਪਇਆਂ ਦੀ ਲਾਗਤ ਨਾਲ ਸਰਕਾਰ ਵੱਲੋਂ ਬਣਾਏ ਗਏ ਪਟਵਾਰਖਾਨੇ ਅੰਦਰ ਕੋਈ ਵੀ ਪਟਵਾਰੀ ਨਹੀਂ ਸੀ। ਬਿਲਡਿੰਗ ਅੰਦਰ ਬਿਜਲੀ ਦੇ ਪੱਖੇ, ਟਿਊਬ ਲਾਈਟਾਂ ਅਤੇ ਹੋਰ ਉਪਕਰਨ ਚੱਲ ਰਹੇ ਸਨ। ਜਦੋਂ ਇਸ ਸੰਬੰਧੀ ਪੱਤਰਕਾਰਾਂ ਵੱਲੋਂ ਛਾਣਬੀਨ ਕੀਤੀ ਗਈ ਤਾਂ ਪਤਾ ਚੱਲਿਆ ਕਿ ਸਾਰੇ ਮੁਲਾਜ਼ਮ ਡਿਊਟੀ ਦੌਰਾਨ ਵਿਦਾਇਗੀ ਪਾਰਟੀ 'ਚ ਸ਼ਾਮਿਲ ਹੋਣ ਲਈ ਗਏ ਹੋਏ ਸਨ। ਕੀ ਨਾਂ ਤੁਹਾਡਾ? ਪਿੰਡ ਕਿਹੜਾ? ਕੀ ਅੱਜ ਕੀ ਕਰਨਾ ਇਹ ਇੱਥੇ ਤਹਿਸੀਲੇ? ਤਹਿਸੀਲੇ ਆਪਣੇ ਬੁਢਾਪਾ ਭੇਜਣ ਦੇ ਪਟਵਾਰੀ ਕੋਲ ਤੋਂ ਹੀ ਕਰਾਉਣਾ, ਕਿਸ ਹੀ ਕਰਾਉਣਾ? ਇੱਥੇ ਤਾਂ ਪਹਿਲੀ ਵਾਰੀ ਆਏ, ਪਹਿਲਾਂ ਵੀ ਆਏ? ਪਹਿਲੀ ਵਾਰੀ ਆਏ। ਅਤੇ ਉਹਨਾਂ ਦੀ ਜਗ੍ਹਾ ਡਿਊਟੀ ਆਵਰ 'ਤੇ ਕੰਮ ਕਰਾਉਣ ਦਾ ਕਿਹਾ ਕੋਈ? ਸਾਰੇ ਗਏ ਨਾ, ਇਕੱਲੇ ਗਏ ਸੀ ਤੁਹਾਡੇ? ਸਾਰੇ ਪਾਰਟੀ ਖਾਣ ਗਏ ਨਾ? ਤੁਸੀਂ ਇੱਥੇ ਕਿੰਨੇ ਕੁ ਚਿਰ ਤੋਂ ਬੈਠੇ ਆ? ਮੈਂ ਤੁਸੀਂ ਵੇਟ ਕਰ ਰਹੇ ਹੋ ਉਹਦੀ ਨਾ? ਪਟਵਾਰੀ ਮਿਲੇ ਪਾਰਟੀ ਖਾਣ ਕੋਈ ਆਖਣ ਡੇ, ਬੁੜੀਆਂ ਤਿੰਨ ਚਾਰ ਵਿਚਾਰੀਆਂ ਫਿਰ ਮਿਲ ਕੇ ਚੱਲ ਗਈਆਂ। ਤੁਹਾਡਾ ਪਿੰਡ ਕਿਹੜਾ? ਪਿੰਡ ਦਰਿਆਉ ਮਾਰ ਆ, ਫੱਤਾ ਕੋਲਾ। ਤੁਸੀਂ ਉੱਥੋਂ ਚੱਲ ਕੇ ਆਏ? ਹਾਂਜੀ, 24 ਕਿਲੋਮੀਟਰ। ਅਤੇ 3 ਘੰਟੇ ਤੁਸੀਂ ਇੱਥੇ ਬੈਠੇ? ਹਾਂਜੀ ਹਾਂਜੀ ਹਾਂਜੀ। ਅਤੇ ਕੋਈ ਵੀ ਇੱਥੇ ਪਟਵਾਰੀ ਇਹਨਾਂ ਦਾ ਦਾਵਾ? ਨਾ ਕੋਈ ਨਹੀਂ, ਨਾ ਹੇਠਾਂ ਨਾ ਉੱਥੇ। ਪੱਖੇ ਚੱਲਦੇ ਹੋਏ ਆ, ਟਿਊਬਲਾਈਟਾਂ ਚੱਲ ਰਹੀਆਂ। ਹਾਂਜੀ, ਹਾਂ ਲਾਈਟਾਂ ਨਾਲ ਚੱਲੀ ਜਾਂਦੀਆਂ ਉਹਨੇ ਰਿਟਾਇਰਮੈਂਟ ਪਾਰਟੀ ਇਹਦਾ ਕੋਈ ਨੋਟੀਫਿਕੇਸ਼ਨ ਸਰਕਾਰ ਨੇ ਜਾਰੀ ਕੀਤਾ ਕਿ ਪਾਰਟੀ ਜਿਹੜੀ ਆ ਵਰਕਿੰਗ ਆਵਰ 'ਚ ਕਰਨੀ? ਕੀ ਨਾਮ ਤੁਹਾਡਾ? ਕਿਹੜੀ ਪਾਰਟੀ ਹੈ? ਸੰਦੂਰ ਸਿੰਘ ਕੰਗੂਰ। ਹਾਂਜੀ, ਪਰ ਉਹ ਤਾਂ ਅੱਜ ਤਾਂ ਡਿਊਟੀ ਟਾਈਮ ਹੈਗਾ, ਡਿਊਟੀ ਟਾਈਮ 'ਤੇ ਪਾਰਟੀ ਹੋ ਰਹੀ ਅਤੇ ਸਾਰੇ ਲੋਕ ਤਾਂ। ਸਰਕਾਰ ਨੇ ਤਾਂ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਇੱਦਾਂ ਦਾ। ਕੋਈ ਹੈ ਉਹ ਪੇਪਰ? ਪਤਾ ਕਿਹਨੂੰ? ਮਤਲਬ ਪਟਵਾਰੀ ਉੱਧਰ ਸਾਰੇ ਗਏ, ਉੱਧਰ ਸਟਾਫ ਸਾਰਾ ਗਿਆ? ਪਟਵਾਰੀ ਉੱਥੇ ਕੋਈ ਵੀ ਨਹੀਂ ਬੈਠਾ? ਅਤੇ ਪੱਖੇ ਉਹਨਾਂ ਦੇ ਚੱਲਦੇ, ਲਾਈਟਾਂ ਚੱਲਦੀਆਂ। ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਕਿ ਜੇ ਕੋਈ ਨਹੀਂ ਬੈਠਾ ਤਾਂ ਉਹ ਜਿਹੜੀ ਲਾਈਟ ਨਹੀਂ ਚੱਲਣੀ ਚਾਹੀਦੀ ਤਾਂ ਉਹਨੂੰ ਜੁਰਮਾਨਾ ਕੀਤਾ ਜਾਵੇਗਾ। ਉਹਦੇ ਬਾਰੇ ਕੀ ਕਹਿਣਾ ਤੁਹਾਨੂੰ? ਹਾਂਜੀ, ਸਰਕਾਰ ਨੇ ਕਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਵਰਕਿੰਗ ਆਵਰ ਦੇ ਵਿੱਚ ਜਿਹੜਾ ਪਾਰਟੀ ਕਰਨ ਦਾ? ਲੋਕੀ ਕਹਿ ਰਹੇ ਤੁਸੀਂ ਪਾਰਟੀ ਤੇ ਗਏ, ਐਨੀ ਨੋਟੀਫਿਕੇਸ਼ਨ ਹੈ? ਨੋਟੀਫਿਕੇਸ਼ਨ ਦੀ ਗੱਲ ਨਹੀਂ ਹੁੰਦੀ, ਗੱਲ ਇਹ ਜਦੋਂ ਉਹਨਾਂ ਨੇ ਕਰ ਲਿਆ ਆਪਣਾ ਆਰਗੇਨਾਈਜ਼ ਕਰ ਲਿਆ ਆਪਣੇ ਪ੍ਰੋਗਰਾਮ ਦੇ ਹਿਸਾਬ ਨਾਲ। ਸਰਕਾਰ ਨੇ ਤੁਸੀਂ ਲੋਕ ਖੱਜਲ ਖਰਾਬ ਹੋ ਰਹੇ ਸਾਰਾ, ਉਹ ਲਾਈਟਾਂ ਵੀ ਜਗ ਰਹੀਆਂ, ਉੱਥੇ ਪਟਵਾਰੀ ਕੋਈ ਬੈਠਾ ਨਹੀਂ। ਸਰ ਯੂ ਹੈਵ ਨੋਟ ਰਿਸਪੋਂਸੀਬਿਲਟੀ, ਤੁਸੀਂ ਤਹਿਸੀਲਦਾਰ ਹੋ, ਤੁਹਾਡੀ ਕੋਈ ਰਿਸਪੋਂਸੀਬਿਲਟੀ ਨਹੀਂ ਹੈਗੀ। ਹੁਸ਼ਿਆਰਪੁਰ ਤੋਂ ਆਜ਼ਾਦ ਟੀਵੀ ਨਿਊਜ਼ ਦੇ ਲਈ ਸੁਨੀਲ ਲੱਖਾ ਦੀ ਰਿਪੋਰਟ।